ਕਰਤਾਰਪੁਰ ਲਾਂਘੇ ਦੀ ਉਸਾਰੀ ਦੌਰਾਨ ਭਾਰਤ ਪਾਕ ਕੌਮਾਂਤਰੀ ਸਰਹੱਦ ਨੇੜੇ ਸੁਰੱਖਿਆ ਦੇ ਮੱਦੇਨਜ਼ਰ ਉਸਾਰੇ ਜਾਣ ਵਾਲੇ ਸਾਂਝੇ ਕੰਪਲੈਕਸ ਦੇ ਨਿਰਮਾਣ ਸੰਬੰਧੀ ਕੌਮੀ ਭੂਮੀ ਸੜਕ ਐਕੁਆਇਰ ਮੰਤਰਾਲਾ ਦੇ ਚੇਅਰਮੈਨ ਅਨਿਲ ਬਾਮ ਵੱਲੋਂ ਭਾਰਤੀ ਫੌਜ BSF ਕਸਟਮ ਅਤੇ ਐਕਸਾਈਜ਼ ਅਤੇ ਸਿਵਲ ਪ੍ਰਸ਼ਾਸਨ ਦੇ ਅਧਿਕਾਰੀਆਂ ਨਾਲ ਉੱਚ ਪੱਧਰੀ ਮੀਟਿੰਗ ਕੀਤੀ ਗਈ। ਕਰੀਬ 3 ਘੰਟੇ ਚੱਲੀ ਬੰਦ ਕਮਰਾ ਮੀਟਿੰਗ ਉਪਰੰਤ ਗੱਲਬਾਤ ਕਰਦਿਆਂ ਚੇਅਰਮੈਨ ਅਨਿਲ ਬਾਮ ਨੇ ਦੱਸਿਆ ਕਿ ਕਰਤਾਰਪੁਰ ਲਾਂਘਾ ਰਾਜ ਸਰਕਾਰ ਦੇ ਮੁੱਖ ਏਜੰਡੇ ਤੇ ਹੈ ਤੇ ਸਰਕਾਰ ਵੱਲੋਂ ਹਦਾਇਤਾਂ ਦੇ ਬੀਤੇ ਦਿਨ ਕੌਮੀ ਸੜਕ ਮੰਤਰਾਲੇ ਵੱਲੋਂ ਵੱਖ ਵੱਖ ਏਜੰਸੀਆਂ ਅਤੇ ਸਿਵਲ ਪ੍ਰਸ਼ਾਸਨ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ, ਜਿਸ ਦੌਰਾਨ ਫੈਸਲਾ ਕੀਤਾ ਗਿਆ ਕਿ ਸਾਂਝੇ ਕੰਪਲੈਕਸ ਦੀ ਉਸਾਰੀ ਲਈ ਜਿੰਨੀ ਜ਼ਮੀਨ ਚਾਹੀਦੀ ਹੈ ਉਸ ਦੀ ਨਿਸ਼ਾਨਦੇਹੀ ਕਰਕੇ ਰਾਜ ਸਰਕਾਰ ਉਸ ਨੂੰ ਪ੍ਰਾਪਤ ਕਰੇਗੀ, ਜਿਸ ਤੋਂ ਬਾਅਦ ਜਲਦ ਹੀ ਇਸ ਪ੍ਰੋਜੈਕਟ ਤੇ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ।